ਕਿਹੜੀ ਖਵਾਇਸ਼ ਜਿਹੜੀ ਤੁਸੀਂ ਲਾਜ਼ਮੀ ਪੂਰੀ ਕਰਨਾ ਚਾਹੁੰਦੇ ਜੇ? ਮੈਂ ਮਰੀਮ ਨਵਾਜ਼ ਸੇ ਮਿਲਣਾ ਚਾਹਤਾ ਹੂੰ, ਪੂਰੇ ਪ੍ਰੋਟੋਕੋਲ ਕੇ ਸਾਥ। ਸਫਦਰ ਸਾਹਿਬ ਨੂੰ ਵੀ ਪਤਾ ਚੱਲੇ ਕੋਈ ਹੋਰ ਵੀ ਹੈਗਾ। ਖਵਾਇਸ਼ ਕੀ ਹੈ ਕਿ ਮਹਿੰਗਾਈ ਘੱਟ ਹੋ ਜਾਵੇ। ਵਿਆਹ ਦੀ ਖਵਾਇਸ਼ ਹੈ। ਕਿਉਂ ਨਹੀਂ ਸ਼ਾਦੀ ਅਜੇ ਤੱਕ ਕਿਉਂ ਨਹੀਂ ਕੀਤੀ? ਇੰਨੀ ਏਜ ਹੋ ਗਈ, ਵਜ੍ਹਾ ਕੀ ਹੈ? ਵਜ੍ਹਾ ਕੋਈ ਰਿਸ਼ਤਾ ਹੀ ਨਹੀਂ ਦਿੰਦਾ। ਉਹ ਕਿਹੜੀ ਖਵਾਇਸ਼ ਜਿਹੜੀ ਤੂੰ ਲਾਜ਼ਮੀ ਪੂਰੀ ਕਰਨਾ ਚਾਹੁੰਦਾ? ਜਹਾਜ਼ ਬਣਨਾ। अस्सलाम वालेकुम नाज़रीन, मैं हूँ किरण गिलानी और तुम देख रहे हो डेली धरती। अज असं लोगों को सवाल लेके आए हैं कि वो कि ख्वाहिश है जी लाजमी पूरी करना चाहते हैं, लोगों को सवाल पूछने। चलो अस्सलाम वालेकुम। वालेकुम अस्सलाम। की नाम है तुम्हारा? राहुल। की करते पे जे? मैं इतने लोहरवार आए हैं। लोहर आए जे? क्यों, पहले कितने से? पिंडो आए हैं। अच्छा, तो इन्ना इसलिए समान चुके? हाँ जी हाँ जी। इन्ना वजन चुके हैं कि बाहर इन्ना लत जाते? नहीं नहीं, लत नहीं बाह। अच्छा, एक सवाल का जवाब दे मैनू। हाँ जी पूछो। ਉਹ ਕਿਹੜੀ ਚੀਜ਼, ਉਹ ਕਿਹੜੀ ਖਵਾਇਸ਼ ਜਿਹੜੀ ਤੁਸੀਂ ਲਾਜ਼ਮੀ ਪੂਰੀ ਕਰਨਾ ਚਾਹੁੰਦੇ ਜੀ? ਇੱਕ ਖਵਾਇਸ਼ ਦੱਸਣੀ ਹੈ, ਨਾ ਵਾਹਵਾ ਸਾਰੀਆਂ ਨਾ ਦੱਸ ਦੇਈ। ਵਿਆਹ ਦੀ ਖਵਾਇਸ਼ ਹੈ। ਕਿਉਂ ਨਹੀਂ ਹੋਇਆ? ਨਹੀਂ ਹੋਇਆ ਹਲੇ। ਕਿਉਂ ਨਹੀਂ ਹੋਇਆ? ਨੌਕਰੀ ਨਹੀਂ ਲੱਗੇ, ਇਸ ਤੋਂ ਨਹੀਂ ਹੋਇਆ ਹਲੇ। ਸਮਾਨ ਦੇਦਾ ਚੁੱਕਿਆ, ਮਨ ਲੱਗਦਾ ਜਿਵੇਂ ਚਾਰਾ ਬੱਚਿਆਂ ਦਾ ਪਿਓ ਹੈ। ਬਸ ਜੀ ਲੈ ਲਓ। ਹੈਂ, ਨਾਲ ਕੌਣ ਆਇਆ? ਅੰਮੀ ਨੇ ਮੇਰੇ। ਅੱਛਾ ਠੀਕ ਹੈ, ਅਬ ਮੈਂ ਦੱਸ ਦੇਵਾਂ ਅੰਮੀ ਜੀ ਨੂੰ, ਕਿਹਾ ਵੇਖ ਲਓ ਕਹਿੰਦੀ ਖਵਾਇਸ਼ਾਂ ਨਹੀਂ ਇਹਨਾਂ ਦੀਆਂ। ਨਹੀਂ ਦੱਸ ਦਿਓ ਜ਼ਰਾ, ਪੂਰੀ ਹੋਈ ਹੈਗੀ ਫਿਰ। ਕਿਉਂ ਨਹੀਂ ਸ਼ਾਦੀ ਅਜੇ ਤੱਕ ਕਿਉਂ ਨਹੀਂ ਕੀਤੀ? ਇੰਨੀ ਏਜ ਹੋ ਗਈ, ਵਜ੍ਹਾ ਕੀ ਹੈ? ਵਜ੍ਹਾ ਕੋਈ ਰਿਸ਼ਤਾ ਹੀ ਨਹੀਂ ਦਿੰਦਾ। ਜੇ ਜੇ ਤੇਰੀ ਸ਼ਕਲ ਮੈਨੂੰ ਲੱਗਦਾ ਕਿਸੇ ਨੇ ਤੈਨੂੰ ਵੈਸੇ ਕੋਈ ਪਾਣੀ ਨਹੀਂ ਦੇਣਾ, ਰੋਟੀ ਨਹੀਂ ਦੇਣੀ। ਚਲੋ ਤੁਸੀਂ ਦੇ ਦਿਓ ਰਿਸ਼ਤਾ। ਰਕਸ਼ਾ ਰਿਸ਼ਤਾ? ਅੱਛਾ ਨਹੀਂ, ਇਸ ਤੋਂ ਇਲਾਵਾ ਕੋਈ ਖਵਾਇਸ਼ ਨਹੀਂ? ਸ਼ਾਦੀ ਦੀ ਖਵਾਇਸ਼? ਬਸ ਸ਼ਾਦੀ ਦੀ ਖਵਾਇਸ਼ ਹੈ ਬਸ ਆਪਣੀ। ਅੱਛਾ, ਆਪਦੀ ਸ਼ਾਦੀ? ਹਾਂਜੀ। ਜਾਂਦੇ ਲੋਕਾਂ ਦੀ ਵੇਖ ਵੇਖ ਕੇ ਥੱਕ ਗਏ ਹਾਂ, ਹੁਣ ਆਪਦੀ ਵੇਖਣਾ ਚਾਹੁੰਦੇ? ਹਾਂਜੀ। ਸਮਾਨ ਤਾਂ ਤੂੰ ਚੁੱਕਿਆ ਨਾ, ਸ਼ਾਦੀ ਵਾਲਿਆਂ ਤਰ੍ਹਾਂ ਹੀ ਚੁੱਕਿਆ ਆ। ਚਲੋ ਐਸੇ ਖੁਸ਼ੀ ਮਿਲ ਜਾਂਦੀ ਹੈ ਇਸ ਤਰ੍ਹਾਂ। ਅਸਲਾਮ ਵਾਲੇਕੁਮ। ਵਾਲੇਕੁਮ। ਕੀ ਨਾਮ ਹੈ ਤੁਹਾਡਾ? ਨੁਮਾਨ। ਕੀ ਕਰਦੇ ਪਏ ਜੇ? ਮੈਂ ਫਟਾ ਲਾਇਆ ਆਪਣਾ। ਫਟਾ? ਖਲੋਣਿਆਂ ਦਾ ਜੀ। ਉਹ ਐਂਡਲੀ ਗੱਲ ਪਹਿਲੇ ਕੀਤਾ ਗਾ ਜੀ ਜੀ। ਅੱਛਾ, ਆਏ ਇੱਕ ਸਵਾਲ ਦਾ ਜਵਾਬ ਦੇਂਗੇ ਜੀ ਜੀ? ਦੋ। ਉਹ ਕਿਹੜੀ ਖਵਾਇਸ਼ ਹੈ ਜਿਹੜੀ ਤੁਸੀਂ ਲਾਜ਼ਮੀ ਪੂਰੀ ਕਰਨਾ ਚਾਹੁੰਦੇ ਜੇ? ਜੀ ਮੈਂ ਮਰੀਮ ਨਵਾਜ਼ ਸੇ ਮਿਲਣਾ ਚਾਹਤਾ ਹੂੰ। ਜਾ ਯਾ ਖਵਾਇਸ਼ ਤੇਰਾ ਕੋਈ ਹਾਲ ਨਹੀਂ। ਬੜੀ ਵੱਡੀ ਫਨੀ ਖਵਾਇਸ਼ ਹੈ ਵੈਸੇ। ਕਿਹੜੀ ਖਵਾਇਸ਼ ਹੋਈ? ਦੱਸ ਵੀ ਤਾਂ ਨਹੀਂ ਨਾ ਸਕਦਾ ਬੰਦਾ ਕਿ ਬੰਦਾ ਨਾਲ ਕਿਉਂ ਮਿਲਣਾ ਮਰੀਮ ਨਵਾਜ਼ ਨੂੰ। ਹਾਂ ਤਾਂ ਵਜ੍ਹਾ ਤਾਂ ਹੋਣੀ ਚਾਹੀਦੀ, ਉਹ ਵੀ ਮਰੀਮ ਨਵਾਜ਼ ਨਾਲ। ਜੀ ਮਰੀਮ ਨਵਾਜ਼ ਨਾਲ 1-to-1 ਮੁਲਾਕਾਤ ਕਰਵਾ ਦਿਓ ਜ਼ਰਾ, ਪੂਰੇ ਪ੍ਰੋਟੋਕੋਲ ਕੇ ਸਾਥ। ਸਫਦਰ ਸਾਹਿਬ ਨੂੰ ਵੀ ਪਤਾ ਚੱਲੇ ਕੋਈ ਹੋਰ ਵੀ ਹੈਗਾ। ਅੱਛਾ ਅੱਛਾ ਅੱਛਾ, ਖਵਾਇਸ਼ ਤਾਂ ਬੜੀ ਹੈਗੀ ਹੈ, ਜੇ ਉਹਨੇ ਸੁਣ ਲਿਆ ਨਾ ਤਾਂ ਇੱਥੇ ਹੀ ਗੋਲੀ ਪੈਣੀ ਹੈ। ਨਹੀਂ ਗੋਲੀ ਐਵੇਂ ਪੈਣੀ, ਕਾਹੇ ਤੋਂ ਗੋਲੀ ਪੈਣੀ ਹੈ, ਸਪੋਰਟਰ ਅਲਹਮਦੁਲਿਲਾ। ਜਿੰਨੀ ਉਹਦੀ ਉਮਰ ਹੋ ਗਈ ਨਾ, ਉਹਦੇ ਬੱਚਿਆਂ ਦੇ ਬੱਚਿਆਂ ਜਿੱਡਾ ਹੈ ਤੂੰ, ਉਹਨੇ ਤੈਨੂੰ ਵੈਸੇ ਕਹਿਣਾ ਕਾਕਾ ਸਾਈਡ 'ਤੇ ਹੋ ਜਾ। ਨਹੀਂ ਉਹ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਕਹਿਣੀ ਹੈ ਕਿ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੀ ਪਿਆ। ਉਹ ਤੂੰ ਕਿਹਾ ਨਾ, ਉਹ ਨਹੀਂ ਕਹੇਗਾ। ਉਹਨਾਂ ਨੇ ਕਹਿਣਾ, ਮੈਂ ਨਹੀਂ ਕਹਿਣਾ। ਉਹਨੇ ਕਹਿਣਾ ਕਾਕਾ ਸਾਈਡ 'ਤੇ ਹੋ ਜਾ। ਨਹੀਂ ਨਹੀਂ, ਉਹ ਨਹੀਂ ਗੱਲ ਹੈ ਕਿ ਉਹਨੇ ਤੈਨੂੰ ਵੇਖਣਾ ਨਹੀਂ। ਐਵੇਂ ਕਿਉਂ ਨਹੀਂ ਵੇਖਣਾ ਹੈਗਾ? ਕਿਉਂ ਨਹੀਂ ਵੇਖੇਗੀ? ਮੈਨੂੰ ਵੇਖੇਗੀ, ਕਿਉਂ ਨਹੀਂ ਵੇਖੇਗੀ ਉਹ? ਤੂੰ ਕਈ ਇਹੋ ਜਿਹੀ ਗੱਲ ਕਰਨੀ ਹੈ ਜਿਹੜੀ ਉਹਨੂੰ ਖਾਦ ਵਿਚਾਰੀ ਨੂੰ ਵੇਖਣਾ ਪੈ ਜਾਣਾ? ਮੈਂ ਉਹਨੂੰ ਕਹਿਣਾ ਕਿ ਮੈਨੇ ਉਸਕੋ ਇਤਨਾ ਦੇਖਾ ਜਿਤਨਾ ਦੇਖਾ ਜਾ ਸਕਤਾ ਥਾ, ਫਿਰ ਵੀ ਦੋ ਆਂਖੋਂ ਸੇ ਕਿਤਨਾ ਦੇਖਾ ਜਾ ਸਕਤਾ ਥਾ। ਤੂੰ ਚਾਰ ਲਵਾ ਲੈ। ਨਹੀਂ ਮੈਂ ਚਾਰ ਕਹਿ ਤਾ ਲਵਾਉਂ। ਦੋ ਐਨਕਾਂ ਲਵਾ ਲੈ। ਨਹੀਂ ਦੋ, ਮੈਂ ਦੋ ਨਾਲ ਹੀ ਵੇਖਣਾ ਹੈਗਾ। ਅੱਛਾ, ਕੋਈ ਗਾਣਾ ਗੁਣਾ ਆਉਂਦਾ ਜੀ ਉਹਦੀ ਯਾਦ 'ਚ ਮਰੀਮ ਨਵਾਜ਼? ਨਹੀਂ ਗਾਣਾ ਨਹੀਂ ਆਤਾ, ਮੈਂ ਉਸਕੋ ਇੱਕ ਸ਼ੇਰ ਸੁਣਾਉਣਾ ਚਾਹਤਾ ਹੂੰ। ਕੋ ਯਾਨੀ ਤੇਰੇ ਕੋਲ ਖਲੋਤੀ ਹੈ? ਮਰੀਮ ਸਫਦਰ ਸਾਹਿਬ ਕੋ ਇੱਕ ਸ਼ੇਰ ਸੁਣਾਉਣਾ ਕਿ ਬੜਾ ਖੂਬਸੂਰਤ ਤਹਿਜ਼ੀਬ ਹਾਫੀ ਸਾਹਿਬ ਕਾ ਇੱਕ ਸ਼ੇਰ ਹੈ ਕਿ ਉਧਰ ਕੈਮਰੇ ਵੱਲ ਮੂੰਹ ਕਰ ਲੈ ਜੇ ਉਹਨੂੰ ਸੁਣਾਉਣਾ ਹੈ ਤਾਂ। ਤੇਰਾ ਚੁੱਪ ਰਹਿਣਾ ਮੇਰੇ ਜ਼ਿਹਨ ਮੇਂ ਕਿਆ ਬੈਠ ਗਿਆ, ਇਤਨੀ ਆਵਾਜ਼ੇ ਤੁਝੇ ਦੀ ਕਿ ਗਲਾ ਬੈਠ ਗਿਆ, ਔਰ ਇਤਨਾ ਇਤਨਾ ਭਰਪੂਰ ਗੁੱਸੇ ਭਰਾ ਲਹਿਜਾ ਥਾ ਉਸਕਾ, ਉਸਨੇ ਜਿਸ ਜਿਸ ਕੋ ਜਾਣਨੇ ਕਾ ਕਹਾ ਵਹੀ ਬੈਠ ਗਿਆ, ਔਰ ਬਜ਼ਮੇ ਜਾਨਾ ਮੇਂ ਨਸ਼ਿਸ਼ਤੇ ਹੋਤੀ ਨਹੀਂ ਮਖਸੂਸ, ਅਬ ਇਸ ਪੇ ਕਿਆ ਲੜਨਾ ਕਿ ਫੁਲਾਂ ਮੇਰੀ ਜਗ੍ਹਾ ਬੈਠ ਗਿਆ। ਸਫਦਰ ਸਾਹਿਬ ਨੇ ਜਗ੍ਹਾ ਲੈ ਲਈ ਹੈ, ਉਹ ਇੱਕ ਅਲੱਗ ਬਾਤ ਹੈ, ਲੇਕਿਨ ਵੀ ਉਸੀ ਫਰਿਸ਼ਤ ਨੂੰ ਵੈਸੇ ਉਹ ਜਗ੍ਹਾ ਤਾਂ ਲੱਭਣੀ ਨਹੀਂ ਹੈ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਿਸਿਜ਼ ਇਮਰਾਨ। ਮਿਸਿਜ਼ ਇਮਰਾਨ, ਹਾਂਜੀ। ਕੀ ਕਰਦੇ ਪਏ ਜੇ? ਫਿਲਹਾਲ ਤਾਂ ਆਪਣੀ ਅੰਮੀ ਦੇ ਘਰੋਂ ਆਏ ਹਾਂ ਅਸੀਂ। ਹਾਂ, ਸਾਗ ਵੀ ਹੈ, ਪਿੰਨੀਆਂ ਵੀ ਨੇ, ਤੁਸੀਂ ਕੁਛ ਖਾਣਾ ਚਾਹੁੰਦੇ ਹੋ ਤਾਂ ਦੱਸੋ। ਤੁਹਾਨੂੰ ਵੇਖ ਕੇ ਲੱਗ ਵੀ ਰਿਹਾ ਸੀ ਤੁਸੀਂ ਖਾਣ ਪੀਣ ਵਾਲੀ ਗੱਲ ਕਰੋਗੇ। ਮੈਂ ਗਾਓ ਦੀ ਹਾਂ, ਗਾਓ ਦੀ ਪਿੰਡ ਦੀ ਪੰਜਾਬਣ ਆ, ਜੱਟੀ ਹਾਂ ਮੈਂ। ਹਾਂਜੀ ਜੀ, ਇੱਥੇ ਜੱਟੀ ਜੇ ਤੁਸੀਂ? ਜੀ ਜੀ ਬਿਲਕੁਲ। ਜੱਟਾਂ ਵਾਲਾ ਗਾਣਾ ਹੀ ਸੁਣਾ ਦਿਓ। ਗਾਣਾ ਸੁਣਾ ਦਾ? ਚਲੋ, ਇਸ ਟਾਈਮ ਵੈਸੇ ਬੰਦਾ ਹੋ ਜਾਂਦਾ ਥੋੜ੍ਹਾ ਡਬਲ ਮਾਈਂਡ, ਅਤੇ ਗਾਣਾ ਜ਼ਿਹਨ 'ਚ ਜਲਦੀ ਕਰਕੇ ਕੋਈ ਨਹੀਂ ਆਉਂਦਾ।
जे मैं हुंदी ढोलना वे ढोलना सोने दी तवीतड़ी। अच्छा मेरे एक सवाल का जवाब दो, कि ख्वाहिश तुसी जड़ी लाजमी पूरी करना चाहते जे एक दसनी है। ख्वाहिश की है कि महंगाई घट हो जाए। ख्वाहिश हो गई लो, ख्वाहिश ये है कि मतलब कि महंगाई घट होएगी तो मेरी गल सुनो दुनिया सारी जरा सही रहेगी। महंगाई जी ने बहुत तंग किया है। नहीं तो तुम खाते ज्यादा जे इसलिए खाते बहुत खाते पीते घर दे मैं समझा नाल कि नहीं रेंगे सॉरी नाल रेंगे जे नहीं नहीं नाल नहीं खाते पीने असी। इस अलावा कोई ख्वाहिश जी सॉलिड ख्वाहिश है लाजमी चाहता जी कि मैं पूरी करनी है जो मर्जी हो जाए जो मर्जी हो जाए पूरी करनी है। फिलहाल तो ऐसी मेरे मियाँ ने हर ख्वाहिश मेरी पूरी की थी है। कोई मेरे दिल च ख्वाहिश इस तब नहीं है कि जी मैं नहीं पूरी की थी है। और कि ख्वाहिश है जी तू लाजमी पूरी करना चाहना? जहाज बनना है। हाँ जी पायलट। जहाज बनना कि पायलट बनना? पायलट। जहाज बनने में तो मिनट लगेगा। नहीं नहीं वो बुरे काम नहीं करते। अच्छा जी चंगे वाली शक्ल भी नहीं है कोई गल होता ही रहता हर बंद। अच्छा पायलट बनना जी। पायलट बन के की करेगा? जहाज चलावे। जहाज चलाएगा जी? जी पायलट जहाज चलाते। हाँ जी पक्की गल है ना? हाँ जी पक्की। देख नहीं कि रक्षा रुक्षा ना चलाते हो? नहीं नहीं जहाज चलाना सीधा ही ख्वाहिश यही है। अस्सलाम वालेकुम। वालेकुम सलाम। की नाम है? इजाज। की करते पे जे? रक्षा चलाते। तुसी रक्षा चलाते? मैनू लगे सवारी है। नहीं रिक्शे वाले। एक सवाल का जवाब दो, कि ख्वाहिश जी तुसी लाजमी पूरी करना चाहते जे? रोटी पानी है और क्या है, इसके अलावा कुछ भी नहीं है। तुसी खांदे पींदे नहीं? एड़ा कादा भी काट लिया जे। हाँ जी खांदे पींदे हैं ते इत्थे फिरदे पे हैं। रोटी पानी वाली ख्वाहिश तो ना होई ना। गल करन दा मकसद भला की है? महंगाई इन्नी हो गई है ते हुण खाण पीण तो भी बंदा तंग होया है इस वजह। बस यही ख्वाहिश है खाने पीने रोटी दो टाइम नहीं लाभ जी। जी और जिंदगी कुछ भी नहीं चाहिए था। और कुछ भी नहीं चाहिए ना। रोटी पर ठीक है बच्चे अल्लाह ताला ने देते हैं ने। ते निजाम चलता पे जिंदगी बसर हो रही है। चलो नाजरी तुम वेख्या कि मैं सवाल पूछा सी ते लोगों ने मजे मजे जवाब दे। तुम भी दसना कि तारी कि ख्वाहिश है जी लाजमी पूरी करना चाहते जे। अगले प्रोग्राम तक मैं इजाजत दे। तब तक के लिए अल्लाह हाफिज़।